ਜਿਹੜਾ ਵੀ ਕੱਲ ਹੋਇਆ ਪੂਰੀ ਵਾਰਦਾਤ ਜਿਹੜੀ ਅਸੀਂ ਗੋਲੀ ਚਲਾਈ ਹੈ ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਕਾਫੀ ਦਿਨਾਂ ਤੋਂ ਜਿਹੜਾ ਵਿਵਾਦ ਚੱਲ ਰਿਹਾ ਸੀਗਾ ਉਹਦੇ ਬਾਰੇ ਕੁਝ ਕਹੋਗੇ? ਸਰ ਪਰਿਵਾਰ ਵੀ ਇਲਜ਼ਾਮ ਲਾ ਰਿਹਾ ਕਿ ਤੁਸੀਂ ਲਗਾਤਾਰ ਤੰਗ ਪਰੇਸ਼ਾਨ ਕਰ ਰਹੇ ਸੀ ਉਹਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਇਲਜ਼ਾਮ ਵੀ ਲਾਏ ਸੀ, ਤੁਸੀਂ ਮੀਡੀਆ ਤੇ ਵੀ ਕਿਹਾ ਸੀ, ਤੁਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਸੀ, ਲੇਕਿਨ ਅੱਜ ਜਿਹੜਾ ਵੀ ਕੱਲ ਹੋਇਆ ਉਹਦੇ ਬਾਰੇ ਕੁਝ ਕਹੋਗੇ ਤੁਸੀਂ? ਕੁਛ ਪਰਿਵਾਰ ਨੇ ਐਲੀਗੇਸ਼ਨ ਲਾਇਆ ਕਿ ਪਹਿਲਾਂ ਵੀ ਤੁਸੀਂ ਪਲੈਨਿੰਗ ਕੀਤੀ ਸੀ, ਇਹ ਪਿਸਟਲ ਪੂਰਾ ਲੈ ਕੇ ਆਏ ਤੁਸੀਂ ਜਿਹੜਾ ਇਹ ਪੂਰਾ ਪਲੈਨ ਤਰੀਕੇ ਨਾਲ ਸੀਗਾ, ਕੁਝ ਕਹੋਗੇ ਸਰ? ਤੇ ਕੱਲ ਜਿਹੜਾ ਵੀ ਪੂਰਾ ਇਹ ਘਟਨਾ ਹੋਈ ਹੈ, ਅੱਜ ਏ ਆਈ ਜੀ ਜਿਹੜੇ ਸਸਪੈਂਡਡ ਨੇ ਬਲਵਿੰਦਰ ਸਿੰਘ ਸਿੱਧੂ, ਉਹਨਾਂ ਨੂੰ ਅੱਜ ਪੇਸ਼ ਕੀਤਾ ਗਿਆ। 3 ਦਿਨ ਦਾ ਰਿਮਾਂਡ ਮੰਗਿਆ ਗਿਆ ਸੀਗਾ ਪੁਲਿਸ ਵੱਲੋਂ, 2 ਦਿਨ ਦਾ ਰਿਮਾਂਡ ਲਿਆ ਗਿਆ। ਹਾਲਾਂਕਿ 2 ਦਿਨ ਦਾ ਰਿਮਾਂਡ ਮਿਲਿਆ, ਪਿਸਟਲ ਕਿੱਥੋਂ ਆਈ, ਇਹ ਪੂਰੀ ਪਲੈਨਿੰਗ ਕਿਸ ਤਰ੍ਹਾਂ ਹੋਈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਪੂਰਾ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ, ਕਿਉਂਕਿ ਬਹੁਤ ਅਹਿਮ ਹੈ। ਕਿਉਂਕਿ ਕੱਲ ਜਿਹੜਾ ਵੀ ਡਿਸਟ੍ਰਿਕਟ ਕੋਰਟ ਦੇ ਵਿੱਚ ਹੋਇਆ, ਮੈਡੀਸਨ ਸੈਂਟਰ ਦੇ ਵਿੱਚ ਹੋਇਆ, ਹਰਪ੍ਰੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ, ਉਹਦੇ ਵਿੱਚ ਕਿਸ ਤਰ੍ਹਾਂ ਦੀ ਪਲੈਨਿੰਗ ਸੀ, ਯਾਨੀ ਕਿ ਪਹਿਲਾਂ ਹੀ ਪਲੈਨ ਤਰੀਕੇ ਦੇ ਨਾਲ ਕੀਤਾ ਗਿਆ ਜਾਂ ਕਿਸ ਤਰ੍ਹਾਂ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਪੂਰਾ ਇਨਵੈਸਟੀਗੇਸ਼ਨ ਕੀਤੀ ਜਾ ਰਹੀ। ਹਾਲਾਂਕਿ ਕੋਸ਼ਿਸ਼ ਅਸੀਂ ਕੀਤੀ ਹੈ ਇਹਨਾਂ ਨਾਲ ਗੱਲਬਾਤ ਕਰਨ ਦੀ, ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕਰਦੇ ਨਜ਼ਰ ਆ ਰਹੇ। ਔਰ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕਰਨੀ ਹੈ, ਕਈ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿ ਆਖਿਰ ਇਹ ਪਿਸਟਲ ਕਿੱਥੋਂ ਆਈ, ਜਿਹੜਾ ਰਿਮਾਂਡ 'ਚ ਕਿਹਾ ਗਿਆ ਹੈ ਕਿ ਇਹ ਸਾਰੀ ਚੀਜ਼ਾਂ ਨੂੰ ਇਨਵੈਸਟੀਗੇਟ ਕਰਨਾ ਹੈ ਕਿ ਪਿਸਟਲ ਕਿੱਥੋਂ ਆਈ, ਪਲੈਨ ਤਰੀਕੇ ਦੇ ਨਾਲ ਹੋਇਆ, ਇਸ ਪਲੈਨ ਦੇ ਵਿੱਚ ਕੌਣ ਕੌਣ ਸ਼ਾਮਿਲ ਸੀਗਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ। ਇਸ ਕਰਕੇ ਬਹੁਤ ਸਾਰੀ ਚੀਜ਼ਾਂ ਇਹਦੇ ਵਿੱਚ ਇਨਵੈਸਟੀਗੇਸ਼ਨ ਦਾ ਪਾਰਟ ਹੈ, ਕਿਉਂਕਿ ਇਹ ਪਹਿਲਾਂ ਵੀ ਕਾਫੀ ਟਾਈਮ ਤੋਂ ਇਹ ਸਾਰੀ ਚੀਜ਼ਾਂ ਚੱਲ ਰਹੀ ਸੀ, ਜਿਸ ਨੂੰ ਲੈ ਕੇ ਪੁਲਿਸ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ। ਜਦ ਵਿਜੀਲੈਂਸ ਦਫ਼ਤਰ ਦੇ ਵਿੱਚ ਇਹਨਾਂ ਨੂੰ ਇਨਕੁਆਇਰੀ ਵਾਸਤੇ ਬੁਲਾਇਆ ਗਿਆ ਸੀਗਾ, ਪੁੱਛਗਿੱਛ ਵਾਸਤੇ ਬੁਲਾਇਆ ਗਿਆ ਸੀਗਾ, ਉਸ ਤੋਂ ਬਾਅਦ ਜਿਹੜੀ ਹੈਗੀ ਹੈ ਉਸ ਤੋਂ ਬਾਅਦ ਫਿਰ ਇੱਕ 8 ਫੇਸ ਥਾਣੇ ਮਾਮਲਾ ਦਰਜ ਹੋਇਆ ਸੀਗਾ। ਇਹਨਾਂ ਵੱਲੋਂ ਵੀ ਐਲੀਗੇਸ਼ਨ ਲਾਇਆ ਗਿਆ ਸੀਗਾ ਸਿੱਧੂ ਵੱਲੋਂ ਕਿ ਬਹੁਤ ਜ਼ਿਆਦਾ ਮੈਨੂੰ ਐਕਸਟੋਰ ਕੀਤਾ ਗਿਆ, ਬਹੁਤ ਸਾਰੇ ਚੋਲੀ ਸਾਹਿਬ, ਕਿਉਂਕਿ ਇਹ ਸਾਰੀ ਚੀਜ਼ਾਂ ਕੱਲ੍ਹ ਜਿਹੜੀ ਕੋਰਟ 'ਚ ਹੋਈ ਹੈ, ਅੱਜ ਰਿਮਾਂਡ ਲਿਆ ਗਿਆ, ਕਿਸ ਤਰ੍ਹਾਂ ਦੀ ਚੀਜ਼ਾਂ ਹੋਈਆਂ, ਪਿਸਟਲ ਕਿੱਥੋਂ ਆਈ ਹੈ, ਕਿਸ ਤਰ੍ਹਾਂ ਕੋਈ ਪਲਾਨ ਤਰੀਕਾ ਹੋਇਆ, ਕਿਸ ਤਰ੍ਹਾਂ ਦੀ ਗੱਲ ਹੈ? ਜੀ ਕੋਈ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ, PPS ਅਫਸਰ ਹੈ, ਪੰਜਾਬ ਦੇ ਇੱਕ ਵਧੀਆ ਅਫਸਰਾਂ ਦੇ ਵਿੱਚੋਂ ਗਿਣਿਆ ਜਾਂਦਾ ਸੀਗਾ। ਇਹ ਜੋ ਵੀ ਇਹਨਾਂ ਦਾ ਡਿਸਪਿਊਟ ਸ਼ੁਰੂ ਹੋਇਆ ਜਦੋਂ ਦਾ ਇਹਨਾਂ ਦੀ ਬੇਟੀ ਦੀ ਮੈਰਿਜ ਹੋਈ ਹੈ, ਉਸ ਜਿਹੜਾ ਅਫਸਰ ਸੀਗਾ ਜਿਹਨੇ ਡੈਥ ਹੋਈ ਹੈ, ਅਤੇ ਉਹਨਾਂ ਦੇ ਮੈਟ੍ਰੀਮੋਨੀਅਲ ਡਿਸਪਿਊਟ ਦੀ ਸਭ ਉਸ ਤੋਂ ਬਾਅਦ ਹੀ ਇਹਨਾਂ ਦੀ ਇਹ ਪ੍ਰੋਬਲਮ ਸ਼ੁਰੂ ਹੋਈਆਂ, ਅਤੇ ਉਹਨਾਂ ਨੇ ਵੀ ਆਪਣੀ ਜਿਹੜੀ ਪਾਵਰ ਨੂੰ ਮਿਸਯੂਜ਼ ਕਰਦੇ ਹੋਏ ਇਹਨਾਂ 'ਤੇ ਝੂਠੇ ਸੱਚੇ 8-9 ਪਰਚੇ ਕਰਵਾਏ ਹੋਏ ਹੈ। ਸੋ ਉਹ ਜਿਹੜਾ ਹੈਗਾ ਉਹਨਾਂ ਦੇ ਉਹ ਆਪਣੀ ਜਗ੍ਹਾ ਇਹਨਾਂ ਨੂੰ ਮਿਸਯੂਜ਼ ਕਰ ਰਹੇ ਸੀਗੇ ਆਪਣੀ ਪਾਵਰ ਨੂੰ, ਅਤੇ ਕਾਫੀ ਦੇਰ ਤੋਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਸੀਗੇ। ਇੱਕ FIR ਦੀ ਉਹ ਬੇਲ ਜਾਂ ਕੁਐਸ਼ ਕਰਾਉਂਦੇ ਸੀਗੇ, ਉਹ ਦੂਜਾ ਪਰਚਾ ਕਰਾ ਦਿੰਦੇ ਸੀਗੇ। ਸਰ ਕੱਲ੍ਹ ਜਿਹੜਾ ਵੀ ਹੋਇਆ ਹੈ, ਪਿਸਟਲ ਕਿੱਥੋਂ ਆਈ, ਕੋਈ ਹੋਰ ਵੀ ਇਹਦੇ ਵਿੱਚ ਸ਼ਾਮਿਲ ਹੈ, ਇਹ ਚੀਜ਼ਾਂ ਨੂੰ ਲੈ ਕੇ ਵੀ ਜਿਹੜੀ ਹੈਗੀ ਪੁੱਛ ਗਿੱਛ ਜਿਹੜੀ ਹੈ ਉਹ ਪੁਲਿਸ ਕਰੇਗੀ, ਅਤੇ ਰਿਮਾਂਡ ਇਸ ਵਾਸਤੇ ਹੀ ਲਿਆ ਗਿਆ। ਠੀਕ ਹੈ, ਅਤੇ ਰਿਮਾਂਡ ਜਿਹੜਾ ਉਹ ਲਿਆ ਗਿਆ, ਔਰ ਇਹਦੇ ਵਿੱਚ ਕਈ ਚੀਜ਼ਾਂ ਦਾ ਜਿਹੜਾ ਪੁੱਛਗਿੱਛ ਕੀਤੀ ਜਾਏਗੀ ਕਿ ਆਖਿਰ ਪਿਸਟਲ ਕਿੱਥੋਂ ਲੈ ਕੇ ਆਈ, ਕੌਣ ਕੌਣ ਇਹਦੇ ਨਾਲ ਸ਼ਾਮਿਲ ਸੀਗਾ, ਕਿਉਂਕਿ ਦੂਜੇ ਪਾਸੋਂ ਜੇ ਅਸੀਂ ਗੱਲ ਕਰ ਲਈਏ, ਕਈ ਵੱਡੇ ਐਲੀਗੇਸ਼ਨ ਜਿਹੜੇ ਉਹ ਲਾਏ ਜਾ ਰਹੇ ਨੇ, ਕਈ ਵੱਡੇ ਐਲੀਗੇਸ਼ਨ ਲਾਏ ਜਾ ਰਹੇ ਨੇ ਕਿ ਪੂਰਾ ਪਲੈਨ ਤਰੀਕੇ ਦੇ ਨਾਲ ਇਹ ਜਿਹੜਾ ਕਤਲ ਹੋਇਆ। ਹਾਲਾਂਕਿ ਸਿੱਧੂ ਨਾਲ ਅਸੀਂ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ ਕਿ ਇਹ ਪੂਰਾ ਮੈਟਰ ਕਿਸ ਤਰ੍ਹਾਂ ਕੀਤਾ, ਕਿਉਂ ਕੀਤਾ, ਕਿਉਂਕਿ ਲਗਾਤਾਰ ਇਹਨਾਂ ਦਾ ਡਿਸਪਿਊਟ ਤਾਂ ਚੱਲ ਰਿਹਾ ਸੀ, ਲੇਕਿਨ ਅਚਾਨਕ ਇਹ ਵੀ ਕੀ ਹੋਇਆ ਕਿ ਇੱਥੇ ਆ ਕੇ
ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਕੋਰਟ ਦੇ ਅੰਦਰ ਆ ਕੇ ਪਿਸਟਲ ਲੈ ਕੇ ਔਰ ਉਸ ਤੋਂ ਬਾਅਦ ਮਰਡਰ ਕਰਨਾ, ਸਵਾਲੀਆ ਨਿਸ਼ਾਨੀ ਦੇ ਵਿੱਚ ਕਈ ਖੜੇ ਹੁੰਦੇ ਨੇ, ਕਿਉਂਕਿ ਕਈ ਚੀਜ਼ਾਂ ਨੇ। ਇਹ ਡਿਸਟ੍ਰਿਕਟ ਕੋਰਟ ਦਾ ਗੇਟ ਹੈ, ਹਾਲਾਂਕਿ ਇੱਥੇ ਪੁਲਿਸ ਵੀ ਤੈਨਾਤ ਹੁੰਦੀ ਹੈ, ਪੂਰਾ ਇੱਥੇ ਪੁਲਿਸ ਫੋਰਸ ਗੇਟ 'ਤੇ ਵੀ, ਅੰਦਰ ਜਿਹੜਾ ਐਂਟਰੀ ਗੇਟ ਹੈ ਉੱਥੇ ਵੀ ਮੈਟਲ ਡਿਟੈਕਟਰ ਲੱਗੇ ਹੋਏ ਨੇ। ਉਹਦੇ ਬਾਵਜੂਦ ਕਿਉਂ ਇਸ ਤਰ੍ਹਾਂ ਇਹ ਜਿਹੜੀ ਪਿਸਟਲ ਹੈ ਉਹ ਕਿਸ ਤਰ੍ਹਾਂ ਅੰਦਰ ਚੱਲ ਗਈ, ਇਹ ਕਈ ਸਵਾਲ ਇਸ ਤਰ੍ਹਾਂ ਨੇ। ਹਾਲਾਂਕਿ ਇਹਦੀ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ, ਲੇਕਿਨ ਕਈ ਸਵਾਲੀਆ ਨਿਸ਼ਾਨ ਜ਼ਰੂਰ ਡਿਸਟ੍ਰਿਕਟ ਕੋਰਟ 'ਤੇ ਖੜੇ ਹੋ ਜਾਂਦੇ ਨੇ ਕਿ ਆਖਿਰ ਜਦ ਇਹਨਾਂ ਦਾ ਕੋਰਟ ਕੇਸ ਚੱਲ ਰਿਹਾ, ਮੈਡੀਸਨ ਸੈਂਟਰ ਦੇ ਵਿੱਚ ਦੋਨੋਂ ਪੱਖ ਇੱਥੇ ਪਹੁੰਚੇ ਹੋਏ ਨੇ, ਤਾਂ ਆਖਿਰ ਇਹ ਪਿਸਟਲ ਜਾਂ ਵੈਪਨ ਲੈ ਕੇ ਇੱਥੇ ਅੰਦਰ ਕਿਸ ਤਰ੍ਹਾਂ ਪਹੁੰਚੇ। ਦੂਜੀ ਗੱਲ, ਇਹਨਾਂ ਨੂੰ ਵੈਪਨ ਜਿਹੜਾ ਹੈਗਾ ਉਹ ਕਿੱਥੋਂ ਪ੍ਰੋਵਾਈਡ ਹੋਇਆ ਸੀਗਾ, ਇਹਨਾਂ ਦਾ ਆਪਣਾ ਸੀ ਜਾਂ ਕਿਸ ਤਰ੍ਹਾਂ ਸੀ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਹੋਰ ਵੀ ਕੋਈ ਤਾਂ ਨਹੀਂ ਸ਼ਾਮਿਲ ਸੀ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਪੂਰਾ ਏਰੀਆ ਚੰਡੀਗੜ੍ਹ ਦੇ ਸੈਕਟਰ 43 ਦਾ ਡਿਸਟ੍ਰਿਕਟ ਕੋਰਟ ਹੈ, ਜਿੱਥੇ ਹਾਲਾਂਕਿ ਸਾਰੇ ਗੇਟਾਂ 'ਚ ਜਿਹੜੇ ਮੇਨ ਗੇਟ ਨੇ ਦੋ ਅੱਗੇ ਸਾਈਡ ਤੋਂ ਬੈਕ ਸਾਈਡ ਤੋਂ, ਉੱਥੇ ਪੂਰੀ ਪੁਲਿਸ ਹੁੰਦੀ ਹੈ, ਮੈਟਲ ਡਿਟੈਕਟਰ ਲੱਗਿਆ ਹੁੰਦਾ ਬਕਾਇਦਾ, ਉੱਥੇ ਪੁਲਿਸ ਫੋਰਸ ਖੜੀ ਹੁੰਦੀ, ਆਉਣ ਜਾਣ ਵਾਲਿਆਂ ਦੀ ਚੈਕਿੰਗ ਕੀਤੀ ਜਾਂਦੀ ਹੈ। ਲੇਕਿਨ ਅਚਾਨਕ ਇਹ ਵੈਪਨ ਲੈ ਕੇ ਅੰਦਰ ਗਏ, ਉੱਥੇ ਪੂਰੀ ਜਿਹੜੀ ਗੋਲੀਆਂ ਫਾਇਰਿੰਗ ਹੋਈ ਹੈ, ਉਸ ਤੋਂ ਬਾਅਦ ਇਹ ਸਾਰਾ ਜਿਹੜਾ ਸਰਕਮਸਟਾਂਸ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਜਿਹੜਾ ਇਨਵੈਸਟੀਗੇਸ਼ਨ ਕਰ ਰਹੀ ਹੈ, ਔਰ ਦੋ ਦਿਨ ਦਾ ਜਿਹੜਾ ਰਿਮਾਂਡ ਲਿਆ ਗਿਆ ਉਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਹੁਣ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਹਾਲਾਂਕਿ ਕੋਸ਼ਿਸ਼ ਅਸੀਂ ਕੀਤੀ ਹੈ ਕਿ ਉਹਨਾਂ ਨਾਲ ਗੱਲਬਾਤ ਕਰਨ ਦੀ, ਲੇਕਿਨ ਕਿਸੇ ਵੀ ਤਰ੍ਹਾਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ। ਹਾਲਾਂਕਿ ਹੁਣ ਕੌਣ ਕੌਣ ਸ਼ਾਮਿਲ ਸੀ ਜਾਂ ਕਿਸ ਤਰ੍ਹਾਂ ਇਹ ਪਿਸਟਲ ਕਿੱਥੋਂ ਲੈ ਕੇ, ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਤਾਂ ਕਰ ਰਹੀ ਹੈ, ਲੇਕਿਨ ਕਈ ਸਵਾਲੀਆ ਨਿਸ਼ਾਨ ਜ਼ਰੂਰ ਇੱਥੇ ਖੜੇ ਹੁੰਦੇ ਨੇ ਕਿ ਆਖਿਰ ਅੰਦਰ ਕਿਸ ਤਰ੍ਹਾਂ ਪਿਸਟਲ ਗਈ ਔਰ ਕਿਸ ਤਰ੍ਹਾਂ ਇਹ ਪਹਿਲੀ ਪਲੈਨਿੰਗ ਹੋਈ ਸੀ, ਜਾਂ ਆਪਸ ਹੀ ਅਚਾਨਕ ਬਹਿਸਬਾਜ਼ੀ ਤੋਂ ਬਾਅਦ ਹੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਅੰਜਾਮ ਦਿੱਤਾ ਗਿਆ।